ਚੰਗਾ ਜੀ, ਸਾਰੇ ਸਤਿ ਸ੍ਰੀ ਅਕਾਲ। ਬਾਏ ਬਾਏ। ਚੱਲਾ ਕੀ ਕਰਤਾ ਜੀ? ਕੀ ਕੀਤਾ ਜੀ? ਦੇ ਦੇ। ਚੰਗਾ ਬਾਏ। ਚੰਗਾ ਜੀ ਸਾਰਿਆਂ ਨੂੰ। ਹਾਂਜੀ ਜੀ, ਆਪਾਂ ਹੁਣ ਚੱਲੇ ਹਾਂ ਅਤੇ ਮਨਦੀਪ ਸਾਨੂੰ ਬੱਸ ਸਟੈਂਡ ਤੱਕ ਛੱਡਣ ਚੱਲਿਆ। ਬਿਲਕੁਲ ਜੀ, ਅਤੇ ਬਾਬੀ ਜੀ। ਹਾਂਜੀ, ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੀ ਮੈਂ ਕਹਾਂਗਾ, ਮੇਰਾ ਲੋਕੀ ਖਾਪੜ ਖੇੜੀ। ਹਾਂਜੀ, ਹੁਣ ਆਪਾਂ ਬੱਸ ਵਿੱਚ ਬੈਠ ਗਏ ਹਾਂ, ਚੱਲੇ ਅੰਮ੍ਰਿਤਸਰ। ਦੀਵੀ ਨੇ ਸਾਨੂੰ ਛੱਡ ਗਿਆ ਸੀਗਾ। ਹਾਂਜੀ ਗਾਇਸ, ਅਤੇ ਆਪਾਂ ਹੁਣੇ ਹਲੇ ਘਰ ਪਹੁੰਚੇ ਅਤੇ ਮੈਂ ਘੰਟਾ ਕੁ ਸੌਂ ਗਿਆ। ਫਿਰ ਮੈਂ ਉੱਠਿਆ, ਫਿਰ ਮਨਪ੍ਰੀਤ ਕਹਿੰਦੀ ਕਿ ਆਪਾਂ ਲੈ ਆਉਂਦੇ ਸਮੋਸੇ, ਭੁੱਖ ਬਹੁਤ ਲੱਗੀ ਅਤੇ ਮੈਂ ਹੁਣ ਸਮੋਸੇ ਲੈ ਕੇ ਆਇਆ। ਸ਼ਾਇਦ ਆਪਾਂ ਉੱਥੇ ਜਾਵਾਂਗੇ ਮੇਲੇ ਅੱਜ ਸ਼ਾਮ ਨੂੰ। ਆ ਜਾਓ, ਚੱਲਦੇ ਹਾਂ ਮੇਲੇ। ਆਹ ਦੇਖੋ ਸਮੋਸੇ ਹੈਂ, ਆਵੇਂ ਸਮੋਸਾ। ਹਾਂਜੀ ਗਾਇਸ, ਤਾਂ ਜੀ ਆਏ ਹਾਂ ਵੀ ਪੈਲੀ ਵਿੱਚ, ਉਹ ਵੀ ਉਹ ਦੇਣੇ ਵੀ ਬੰਦਿਆਂ ਨੂੰ ਚਾਹ ਦੇਣਾ, ਅਤੇ ਨਾਲ ਮੇਰਾ ਵੱਡਾ ਵੀਰ ਆ। ਹਾਂਜੀ ਗਾਇਸ, ਅਤੇ ਮੈਂ ਹੁਣ ਆਇਆ ਵੀ ਘੁੰਮ ਫਿਰ ਕੇ, ਅਤੇ ਮਨ ਕੀਰਾ ਅਤੇ ਮਨ ਆਉਂਦੀ ਮੈਂ ਤੇਰੇ ਵਾਸਤੇ ਲੈ ਗਈ ਇੱਕ ਸਰਪ੍ਰਾਈਜ਼। ਇਹ ਨਹੀਂ ਪਤਾ ਵੀ ਕੀ ਹੈ ਸਰਪ੍ਰਾਈਜ਼, ਇਹਨੂੰ ਪਤਾ ਹੋਵੇ ਜਾਂ ਮੰਮੀ ਨੂੰ। ਚਲੋ ਠੀਕ ਆ। ਹਾਂਜੀ ਗਾਇਸ, ਤੇ ਆਪਾਂ ਲਿਆਉਣ ਲੱਗੇ ਆ ਖੰਡ ਤੇ ਚੌਲ, ਤੇ ਮੈਂ ਪਹਿਲਾਂ ਲੈਣ ਗਿਆ ਬੇਲਪੁੜੀ ਤੇ ਸੋਰੀ ਭੁਜੀਆ ਤੇ ਮੈਗੀ, ਅਤੇ ਮੰਮਾ ਦੀ ਹੁਣ ਜਾ ਕੇ ਖੰਡ ਖੰਡ ਜਾਂ ਚੌਲ ਲੈ। ਮੈਂ ਚਲੋ ਜੀ ਆਪਾਂ ਲੈ ਆਉਂਦੇ, ਫਿਰ ਬੋਸ ਨੂੰ ਚੱਕਾ ਕਰੋ ਪਿੰਡ ਦਾ ਆਉਂਦਾ ਟਰੈਕਟਰ, ਅਤੇ ਪਿੰਡ ਦਾ ਚੱਕਰ ਮਾਲ ਚੌਲ। ਠੀਕ ਆ ਜੀ, ਤਾਂ ਆਪਾਂ ਚੌਲ ਅਤੇ ਖੰਡ ਲੈ ਆਏ ਹਾਂ ਆਪਾਂ, ਅਤੇ ਮਾਲੋ ਜੀ। ਮੈਂ ਆਇਆ ਤਾਂ ਮਨੂ ਨੇ ਚੌਲ ਕਰਨੇ ਤਿਆਰ, ਮੰਮਾ ਚੱਲੀ ਆ ਵੀ ਮੱਥਾ ਟੇਕਣ ਵੀ ਗੁਰਦੁਆਰਾ ਸਾਹਿਬ। ਵੈਰੀ ਗੁੱਡ। ਸਤਿ ਸ਼੍ਰੀ ਅਕਾਲ ਜੀ, ਮੈਂ ਜਿਹੜਾ ਆਪਣਾ ਗੋਪੀ ਖਾਪੜ ਖੇੜੀ ਹੋ ਸਕਦੇ ਤੁਸੀਂ ਕੈਮ ਹੋ ਗਏ, ਅਤੇ ਆਪਾਂ ਸਵੇਰੇ ਉੱਠ ਗਏ ਹਾਂ, ਅਤੇ 9:30 ਉੱਠੇ ਆਪਾਂ, ਅਤੇ 9:30 ਉੱਠੇ, ਅਤੇ ਆਪਾਂ ਹੁਣ ਖਾਣਾ ਖਾਣ ਕੇ ਚਾਹ ਪੀ ਲਈ ਆ, ਅਤੇ ਮਨ ਪੀ ਦੇਵੇ। ਹਾਂਜੀ, ਰੋਟੀ ਖਾਈਏ। ਚਲੋ ਜੀ, ਆ ਗਈ ਆ। ਲੋਕਾਂ ਨੇ ਕਹਿਣਾ ਵੀ ਕੈਂਚੀ ਨਾਲ ਹੀ ਰੱਖੀ। ਹਾਂ, ਮੱਠੀਆਂ ਦਾ ਪੈਕਟ ਕੱਟਿਆ ਸੀ ਆਪਾਂ ਨੂੰ ਖਾਣ ਦੇ। ਸਬਜ਼ੀ ਔਰ ਮਿੱਸੇ ਪ੍ਰਸ਼ਾਦੇ ਦੇ ਨਾਲ ਖਾ ਲਓ ਦਹੀਂ। ਦਹੀਂ ਆ ਆਜੂ ਗਾਇਸ, ਜਿਹੜੇ ਰੋਟੀ ਖਾ ਲਓ। ਅੱਛਾ ਗਾਇਸ, ਕੀ ਆਜੂ ਗਾਇਸ, ਵੀਰੇ ਰੋਟੀ ਖਾ ਲਓ। ਹਾਂ, ਇਹ ਹੁਣ ਆਪਾਂ ਨੂੰ ਪ੍ਰਸ਼ਾਦਾ ਛਕਦੇ ਹਾਂ, ਅਤੇ ਪਾਪਾ ਵੀ ਕੀ ਆ ਗਿਆ, ਆਪਾਂ ਉੱਥੋਂ ਹੋ ਗਏ ਕੱਲ੍ਹ ਮਨਦੀਪ ਘਰੋਂ,
ਤੇ ਥੱਕ ਗਏ ਸੀ, ਤੁਸੀਂ ਥੋੜੀ ਖਾਣੀ ਠੀਕ ਹੈ ਫਿਰ ਆ ਜਾਓ। ਹਾਂਜੀ ਗਾਈਸ, ਸ਼ਾਮਾਂ ਦੇ ਵੱਜ ਗਏ 4:05 ਸੋਰੀ ਗਾਈਸ, ਤੇ ਆਪਾਂ ਹੁਣ ਖਾਣ ਲੱਗੇ ਹਾਂ ਤੇ ਬੇਲ ਪੁੜੀ, ਤੇ ਇੱਧਰ ਚੈੱਕ ਕਰ ਲਓ। ਹਾਂਜੀ ਮਨਪ੍ਰੀਤ ਜੀ, ਮੈਗੀ ਖਾਣੀ ਆ ਕਿ ਸੋਰੀ ਬੇਲ ਪੁੜੀ? ਚਲ ਮੈਗੀ, ਚਲੋ ਬੇਲ ਪੁੜੀ ਖਾ ਲਓ। ਆ ਪਿਆਜ਼ ਪੂਜ਼ ਸਾਰਾ ਓਕੇ ਜੀ, ਓਕੇ ਵੈਰੀ ਗੁੱਡ। ਚਲੋ ਕੋਈ ਨਹੀਂ। ਹਾਂਜੀ ਜੀ, ਆਪਾਂ ਪੀਂਦੇ ਹਾਂ ਚਾਹ। ਹਾਂਜੀ ਪਟੋ ਪਟੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਕਹਿੰਦਾ ਠੀਕ ਠਾਕ। ਅਸੀਂ ਵੇਖਦੇ ਹਾਂ ਕਿ ਮੈਡਮ ਸਾਰੇ ਜਣੇ ਪੀਓ ਟਿੱਕਰ ਨਾਲ ਸਪੋਰਟ। ਹਾਂਜੀ ਮੈਂ ਹੁਣ ਕੱਲ ਫੇਰ ਜਾਣਾ ਮਨਦੀਪ ਮਠਾਰੂ ਕੋ, ਉੱਥੇ ਕੰਮ ਹੈ, ਤੁਹਾਨੂੰ ਪਤਾ ਹੀ ਆ ਕੀ ਕੰਮ ਹੈ। ਤੁਹਾਡੇ ਵਾਸਤੇ ਹੈਗਾ ਸਰਪ੍ਰਾਈਜ਼ ਜਾਣਾ ਵੀ ਮਨਵੀਰ, ਇਹਨਾਂ ਨੇ ਦੱਸਿਆ ਵੀ ਕੀ ਕੀ ਹੋ ਸਰਪ੍ਰਾਈਜ਼ ਨਹੀਂ ਇਹਦੇ ਵਿੱਚ ਥੱਲੇ ਕਮੈਂਟ ਮੁੰਡ ਕਰਕੇ ਨਾ ਸਵੇਰੇ ਸ਼ਾਮ ਮੈਂ ਇਥੋਂ ਮੈਂ ਉੱਥੇ ਜਾਣਾ ਮਨਦੀਪ ਮਟਾਰੂ ਸ਼ਾਮ ਨੂੰ। ਹਾਂਜੀ ਅਤੇ ਤੁਹਾਨੂੰ ਪਤਾ ਹੀ ਫਿਰ, ਅਤੇ ਉਹਦਾ ਅੱਜ ਫੋਨ ਹੈ ਵੀ ਤੂੰ ਆਉਂਦਾ ਵੀ ਆਉਂਦਾ ਵੀ ਆ ਜਾ ਸਵੇਰੇ ਕੰਮ ਆ, ਅਤੇ ਉਹ ਕੰਮ ਪਹਿਲੋਂ ਮੈਂ ਜਾਣਾ ਸ਼ਹਿਰ, ਸ਼ਹਿਰ ਮੇਰਾ ਕੰਮ ਕਰਕੇ ਫਿਰ ਜਾ ਕੇ ਫਿਰ ਮੈਂ ਜਾਣਾ ਮਨਦੀਪ ਮਟਾਰੂ ਕੋ। ਤੁਹਾਨੂੰ ਪਤਾ ਹੀ ਫਿਰ ਬਹੁਤ ਤਕੜਾ, ਇੱਦਾਂ ਹੀ ਤਕੜਾ ਬਾਬੇ ਦੀ ਮਿਹਰ ਹੋ ਜਾਣੀ ਚੱਕਣ ਵਾਲਾ। ਮੰਮੀ ਹੋਣੀ ਦੇ ਕੱਪੜੇ ਧੋਣ, ਲਓ ਜੀ। ਅਤੇ ਮੰਮੀ ਆ ਗਈ? ਅੱਛਾ ਚਟਨੀ ਠੀਕ ਆ, ਮੈਂ ਪਤਾ ਕੀ ਹੈ ਚਟਨੀ, ਇੱਕ ਮਿੰਟ ਬਣਿਆ ਪਿਆ। ਫੋਟੋ ਸਫਾਈਆਂ ਸਫਾਈਆਂ ਹੋ ਚੁੱਕੀਆਂ ਗਾਈਸ, ਪਿਕਚਰ ਅਤੇ ਮਨਦੀਪ ਕਹਿੰਦੇ ਆ ਵੀ ਜੇ ਸਾਡਾ ਕੰਮ 1 ਮਹੀਨੇ 'ਚ ਹੋ ਜਾਂਦਾ ਪੂਰਾ, ਕਈ ਮਹੀਨੇ 2 ਹੀ ਲੱਗ ਸਕਦੇ ਆ, 3 ਵੀ ਲੱਗ ਸਕਦੇ ਆ, ਇੰਨੇ ਕੁ ਲੱਗ ਸਕਦੇ ਆ ਤੁਹਾਨੂੰ ਪਤਾ ਕਰਦੇ ਆ ਫਿਰ ਇੰਤਜ਼ਾਮ ਵੀ ਜਾਂਦੇ ਹਾਂ ਸਵੇਰੇ। ਲਓ ਗਾਈਸ, ਅਤੇ ਆਪਾਂ ਹੁਣ ਦਏ ਹਾਂ ਕਰਨ ਮੈਗੀ ਤਿਆਰ। ਲਓ ਗਾਈਸ, ਐਵੇਂ ਤੇ 3 ਪੈਕਟ ਤੂੰ ਪਾ ਪਿਆਜ਼ ਯਾਰ, ਤੂੰ ਪਾ ਯਾਰ, ਤੂੰ ਮੇਰੀ ਗੱਲ ਸੁਣ, ਤੂੰ ਕੱਟ ਦੇ ਮੇਰੀ ਗੱਲ ਸੁਣ, ਮੇਰੇ ਵਾਲੀ ਮੈਗੀ ਚ ਬਸ ਮਿਰਚਾਂ ਜ਼ਿਆਦਾ ਪਾਣੀਆਂ ਆ।
ਅੱਛਾ ਜਦੋਂ ਆਪਾਂ ਐ ਕਰਕੇ ਐ ਕਰਦੇ ਆ ਨਾ ਲਓ ਜੀ ਗਾਈਸ ਨਾਲੀ ਰੱਖਦੇ ਟਾਈਮ ਹੋ ਗਿਆ ਵੀ ਵੱਜ ਗਏ 9 ਰਾਤ ਦੇ ਹਾਂਜੀ ਗਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਅਤੇ ਆਪਦਾ ਵਲੋਗ ਲੱਗਿਆ ਆਪਾਂ ਸਵੇਰੇ ਸਟਾਰਟ ਕਰਨ ਗੋਪੀ ਚੱਲੇ ਹੁਣ ਬਟਾਲੇ ਰੋਟੀ ਖਾਈ ਜਾਂਦੇ ਆ ਅਤੇ ਸਵੇਰ ਦੇ ਵੱਜ ਗਿਆ 10 ਬਟਾਲੇ ਹੈਗਾ ਕੋਈ ਜ਼ਰੂਰੀ ਕੰਮ ਹੈ ਨਾ ਤਾਂ ਚੱਲੇ ਆ ਅਤੇ ਉਹ ਤੁਹਾਡੇ ਸਾਰਿਆਂ ਲਈ ਹੈਗਾ ਇੱਕ ਸਰਪ੍ਰਾਈਜ਼ ਅਤੇ ਚਲੋ ਹੈ ਨਾ ਬਾਬਾ ਮਿਹਰ ਕਰੇ ਅਤੇ ਜਲਦੀ ਦੱਸਾਂਗੇ ਕਿ ਨਹੀਂ ਕਿੰਨੇ ਕੁ ਟਾਈਮ ਤੋਂ ਪਹਿਲਾਂ ਹੈ ਨਾ ਦੱਸ ਦਾਂਗੇ ਦੀਵਾਲੀ ਦੇ ਲਾਗੇ ਤੀਗੇ ਦੀਵਾਲੀ ਕਿੰਨੇ ਮਹੀਨੇ ਹੁੰਦੀ 11ਵੇਂ ਕਿ 10ਵੇਂ 11ਵੇਂ ਹੁੰਦੀ ਲੈ ਹਲੇ ਤਾਂ ਫਿਰ ਬਹੁਤ ਟਾਈਮ ਹੋ ਗਿਆ ਦੀਵਾਲੀ ਨਹੀਂ ਦੀਵਾਲੀ ਤੋਂ ਪਹਿਲਾਂ ਹੀ ਪਤਾ ਲੱਗ ਜਾਣਾ ਹੈ ਨਾ ਅਤੇ ਬਾਕੀ ਵੇਹਨੇ ਹੁਣ ਕੀ ਬਣਦਾ ਵਾ ਮੈਂ ਚੱਲੀ ਨਹੀਂ ਅੱਜ ਉੱਧਰ ਮੋਟਰਸਾਈਕਲ ਖਰਾਬ ਆ ਉਹਦੀ ਰੇਸ ਵੱਧ ਦਿੱਤੀ ਜਾਂਦੀ ਆ ਹਾਂਜੀ ਗਾਇਸ ਤੇ ਮੈਂ ਹੁਣ ਚੱਲਿਆ ਬਟਾਲੇ ਕੰਮ ਚੱਲਿਆ ਮੈਂ ਇਕੱਲੇ ਮੈਂ ਪੀ ਰਿਹਾ ਨਿੰਬੂ ਪਾਣੀ ਪਹੁੰਚ ਗਿਆ ਬੱਸ ਸਟੈਂਡ ਹਾਂਜੀ ਜੀ ਮੈਂ ਤੇ ਕਾਫੀ ਜਿਹਦਾ ਪਹੁੰਚਿਆ ਹੋਇਆ ਤੇ ਮੈਂ ਤੇ ਮੰਦੀ ਹੁਣ ਮੇਰਾ ਕੰਮ ਜਿਹੜਾ ਵੀ ਕਰਨ ਵਾਲਾ ਉਹ ਆਪਾਂ ਕਰਨ ਚੱਲੇ ਹਾਂ ਤਾਂ ਮੈਂ ਕੰਮ ਹੀ ਤੇ ਹਨਾ ਮਨਦੀਪ ਜੀ ਹੁਣ ਆਪਾਂ ਚੱਲੇ ਹਾਂ ਮੇਰੇ ਨਾਨਕੇ ਪਿੰਡ ਵਡਾਲਾ ਗ੍ਰੰਥ ਹਾਂ ਉੱਥੇ ਕੰਮ ਹਨ ਬਸ ਆਪਾਂ ਰਿਟਰਨਾਂ ਦੋ ਫਿਲ ਕਰਨੀਆਂ ਹਾਂ ਤੇ ਬਾਕੀ ਹੋਰ ਹੀ ਛੋਟਾ ਮੋਟਾ ਕੰਮ ਆ ਵੇਖੋ ਛੋਟੇ ਮੋਟੇ ਕੰਮ ਬੜੇ ਸਾਨੂੰ ਪੈਂਦੇ ਆ ਬੜੇ ਇਹ ਕੰਮ ਹੋ ਬਸ ਇੱਕ ਵਾਰੀ ਹੋ ਜਾਵੇ ਮਨਦੀਪ ਕੰਮ ਨਹੀਂ ਮੁੱਕਦੇ ਬੰਦਾ ਹੀ ਮੁੱਕ ਜਾਂਦਾ ਬਸ ਇੱਕ ਵਾਰੀ ਇਹ ਕੰਮ ਹੋ ਜਾਵੇ ਦੋ ਜਿਹੜੇ ਕੰਮ ਹੈਗੇ ਹੋ ਜਾਵੇ ਸੀ ਕਾਲ ਜੇ ਠੰਡ ਪਾ ਦੇਣੀ ਵੇਖੀ ਸਾਰਿਆਂ ਨੂੰ ਠੰਡ ਪਾਉਣੀ ਆਪਾਂ ਤੇ ਗੁਰੂ ਕੰਮ ਹੋ ਜਾਵੇ ਤੇ ਬਾਕੀ ਗੁਰੂ ਮੈਂ ਨਾ ਬਾਬੇ ਦੀ ਇੰਨੀ ਮਿਹਰ ਹੈ ਨਾ ਹਾਲੇ ਤੱਕ ਤੇ ਮੈਂ ਕੀ ਦੱਸਾਂ ਬਹੁਤ ਮਿਹਰ ਆ ਹਨਾ ਮਨਦੀਪ ਕਿੱਦਾਂ ਵੀ ਮੈਂ ਹੈ ਵੀ ਬਾਬੇ ਦੀ ਇੰਨੀ ਕੁ ਹਾਲੇ ਤੱਕ ਮਿਹਰ ਹੈ ਨਾ ਮਾਰਾ ਬੈਠਣ ਲੱਗਣ ਲੱਗੀ ਹਾਂ ਸਹੀ ਗੱਲ ਆ ਹੁਣ ਆਪਾਂ ਪਹੁੰਚ ਕੇ ਮਿਲਦੇ ਆਪਾਂ ਠੀਕ ਆ ਚੱਲੇ ਆ ਇਹਦੇ ਨਾਨਕੇ ਦੀਪੋ ਤੇ ਓਕੇ ਹਾਂਜੀ ਦੋਸਤੋ ਤੇ ਆਪਾਂ ਨੂੰ ਉੱਥੋਂ ਹੋ ਆਏ ਆ ਤੂੰ ਆਉਂਦੇ ਕੰਮ ਤੇ ਹੋ ਗਿਆ ਉਦਾਂ ਮੇਰਾ ਉਹਦੇ ਵੀ ਕੱਲ੍ਹ ਸ਼ਾਮੀ ਆ ਜਾਇਓ ਅਤੇ ਹੁਣ ਕੱਲ੍ਹ ਵੀ ਮੈਂ ਵੀ ਇੱਥੇ ਹੀ ਹਾਂ ਹੁਣ ਅਤੇ ਮੈਂ ਫਿਰ ਜਾਊਂਗਾ ਪਰਸੋਂ ਅਤੇ ਕੱਲ੍ਹ ਸਾਰਾ ਕੰਮ ਹੋ ਕੇ ਅਤੇ ਫਿਰ ਮੈਂ ਜਾਊਂਗਾ ਪਿੰਡ ਮੈਨੂੰ ਇਹ ਕੰਮ ਵੀ ਕਰਨਾ ਪੈਣਾ
ਇਹ ਕੰਮ ਜਦੋਂ ਵੀ ਮੇਰਾ ਹੋ ਗਿਆ ਫਿਰ ਮੈਂ ਜਾਣਾ ਘਰ, ਅਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਕਿਉਂਕਿ ਆਉਣ ਜਾਣ ਦੀ ਬੜੀ ਹੈਗੀ ਕਰਦਾ ਹੈ ਨਾ ਜੀ। ਤਾਂ ਕਰਕੇ ਫਿਰ ਅਤੇ ਮੈਨੂੰ ਫਿਰ ਮਾਮੀ ਤੇ ਮੰਮੀ ਹੋਣੀ ਗਏ ਉੱਥੇ ਭੈਣ ਤੋਂ ਉਹਦੇ ਲਾਗੇ ਵੀ ਹੋਣਾ ਹੋਣਾ ਚਾਹੀਦਾ ਹੈ ਨਾ ਵੀ ਔਖਾ ਪੂਰੇ ਪ੍ਰਸ਼ਾਦਾ ਪਾਣੀ ਅਤੇ ਹੁਣ ਕੰਮ ਤਾਂ ਹੋ ਗਿਆ ਮਾੜਾ ਮੋਟਾ ਹੋ ਗਿਆ ਰਾ, ਹੁਣ ਜਿਹੜਾ ਮੇਨ ਕੰਮ ਹੋਇਆ ਨਾ ਉਹ ਨਹੀਂ ਬਸ ਉਹ ਹੋ ਜੇ ਕੱਲ੍ਹ ਵੀ ਬਾਬੇ ਜੀ ਮਿਲਣਾ ਫਿਰ ਸੈੱਟ ਆ ਫਿਰ ਕੋਈ ਚੱਕਰ। ਇੱਧਰ ਇੱਕ ਬੈਠਾ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੇਰੀ ਨਾਲ ਦੀ ਨੇ ਕੀਤਾ ਦੋ ਦਿਨ ਵਾਰੀ ਆਚਾ ਪੁੱਛਿਆ। ਹਾਂਜੀ ਗਾਇਸ ਜੀ, ਜੇ ਅੱਜ ਦਾ ਸਾਡਾ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ, ਚੈਨਲ ਨੂੰ ਕਰਦਾ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਦਾ। ਓਕੇ ਮਿਲਦੇ ਹਾਂ, ਟਾਟਾ ਬਾਏ ਬਾਏ। ਹੁਣ ਗਾਇਸ ਤਾਂ ਆਪਾਂ ਹੁਣ ਕਰਾਂਗੇ ਮੈਗੀ ਤਿਆਰ। ਆਪਣੇ ਨਾ ਮੇਰੇ ਕਰਦੇ ਤਿਆਰ, ਮੈਗੀ ਤਿਆਰ ਕਰਨ ਲੱਗੇ ਛੋੜੋ ਵੀ ਮੈਗੀ ਹੋਣ ਦੀ ਤਿਆਰ ਪੂਰੀ ਤਰ੍ਹਾਂ ਨਾਲ ਉਹ ਤੁਹਾਨੂੰ ਪਤਾ ਹੀ ਆ ਫਿਰ ਗੋਪੀ ਕਾਪੜ ਗਿੜੀ ਵਾਲਾ ਤੇ ਬਾਬੇ ਨੂੰ ਮੇਰਿਆ ਤੇ ਆਪਾਂ ਮੈਗੀ ਖਾਂਦੇ ਸਵੇਰੇ ਵੀ ਇਹਨੇ ਕੀ ਹੁੰਦਾ ਮੌਤ ਬਾਬੇ ਨੂੰ ਮੇਲ ਹੋ ਜੇ ਬਸ ਹੈ ਨਾ ਵੀ ਇਹਨਾਂ ਦੋ ਕੰਮ ਕਰਨੇ ਆ, ਜੇ ਹੋ ਗਿਆ ਇੱਕ ਕੰਮ ਉਹਨੂੰ ਸਿਰੇ ਚੜ ਦਿੰਦੇ ਨਾ ਆਹ ਤੇ ਪੱਕਾ ਹੀ। ਤੇ ਆਪਾਂ ਹੁਣ ਚੱਲੇ ਹਾਂ ਵੀ ਸ਼ਹਿਰ ਕੰਮ ਕਰਨ ਤੇ ਉਹ ਕਾਲੀ ਚਾਬੀ ਲੈ ਰਹੀ ਆ ਤੇ ਆਵੇ ਸਾਡਾ ਸਾਡੀ ਗੱਡੀ ਚਾਬੀ ਗੋਪੀ ਹੋ ਗਿਆ ਸ਼ਰਾਬੀ ਪੂਰੀ ਤਰ੍ਹਾਂ ਉਹ ਲੈ ਬੀਬੀ ਮੈਂ ਜੋ ਹੋ ਗਈ ਧੋਣ ਵਾਲੀ ਹੋਈ ਆ ਧੋਣ ਵਾਲੀ ਹੋਈ ਗੱਡੀ ਤੇ ਮਾਮਾ ਜੀ ਤੇ ਮਾਮਾ ਜੀ ਘਰੇ ਆ। ਹਾਂ ਮੈਂ ਚੱਲਾਂ ਥੋੜ੍ਹਾ ਕੰਮ ਕਰਨਾ ਹੁੰਦਾ ਸਾਫ ਭਾਵ ਮੈਂ ਕਿਸੇ ਨਾਲ ਲੈ ਗਿਆ ਔਖਾ ਹੀ ਆ ਚਲੋ ਫਿਰ ਲੈ ਵੀ ਮਿੱਤਰ ਅਸੀਂ ਹੁਣ ਕੁਲਚੇ ਖਾਣ ਗਏ ਆ ਤੇ ਆਹ ਸਾਡਾ ਨਿੰਮ ਡਾਰੂ ਆ ਤੁਹਾਡਾ ਕਾਕਾ ਰਾ ਉਹ ਜੋ ਮਰਜ਼ੀ ਉਹ ਕਾਕਾ ਡਾ ਹਾਂ ਇਹ ਮਦੀ ਮਠਾਰੂ ਹਾਂਜੀ ਗਈ ਤਾਂ ਆਪਾਂ
ਚੱਲੇ ਨਹੀਂ ਜਾਣਾ ਪੈਣਾ ਘਰ ਘਰ ਫੋਨ ਆਉਂਦੇ ਅੰਦਰ ਬਾਪੂ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਜਿਹੜੀ ਬੇਟੀ ਵਿੱਚੋਂ ਚੰਗਾ ਮੰਮੀ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟੇਕ ਕੇਅਰ ਚਲੋ ਮਨਦੀਪ ਭਾਜੀ ਬਾਈ ਬਾਈ ਹਾਂਜੀ ਗਾਇਸ ਤੇ ਗੱਡੀ ਸਟਾਰਟ ਹੋ ਗਈ ਆ ਚੱਲੇ ਹਾਂ ਅਤੇ ਆਪਾਂ ਵੀ ਚੱਲੇ ਹਾਂ ਜਾਣਾ ਹੀ ਪੈਣਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਚੱਲਦੇ ਹਾਂ ਪਿੰਡ ਹੁਣ ਜਿਹੜਾ ਕੰਮ ਆਏ ਉਹ ਹੋ ਜਾਣੀ ਅਤੇ ਕੋਈ ਨਹੀਂ ਨੈਕਸਟ ਟਾਈਮ ਛੇਤੀ ਹੋ ਜੂਗਾ ਹਨਾ ਮਨਦੀਪ ਪਰ ਕੰਮ ਹੋਇਆ ਨਹੀਂ ਪਰ ਉਹ ਕੰਮ ਹੋ ਜਾਣਾ ਹਾਂਜੀ ਗਾਈ ਤਾਂ ਮੈਂ ਪਹੁੰਚ ਗਿਆ ਪਿੰਡ ਗਰਮੀ ਇੰਨੀ ਕੁ ਜ਼ਿਆਦਾ ਅਤੇ ਪਿੰਡ ਦੀ ਬੱਤੀ ਬੰਦ ਆ ਔਖਾ ਹੀ ਆ ਅਤੇ ਕੀ ਦੱਸਿਓ ਹੁਣ ਚੜ੍ਹਦੀ ਕਲਾ ਜੀ ਆਪਾਂ ਹੁਣ ਤਾਂ ਆਪਾਂ ਕਹਿੰਦੇ ਵੀ ਚਾਰ ਪੰਜ ਘੰਟੇ ਵੀ ਲੜ ਬੰਦ ਪਈ ਠੀਕ ਹੈ ਜੀ ਹੁਣ ਘਰ ਪਹੁੰਚ ਗਏ ਥੱਕ ਗਏ ਨਹੀਂ ਥੱਕ ਗਏ ਹਾਂ ਘਰ ਆ ਅਤੇ ਹਾਂਜੀ ਗਾਇਸ ਤਾਂ ਮੈਂ ਕਹਾਂਗਾ ਪ੍ਰਸ਼ਾਦਾ ਪਾਣੀ ਹੁਣ ਆਪਾਂ ਇਸ ਲੰਮੇ ਪਏ ਆ ਅਤੇ ਆਪਾਂ ਖਾ ਲਈ ਰੋਟੀ ਅਤੇ ਮਨਦੀਪ ਮੁੰਡਾ ਰੂਮ ਹੋਣੀ ਵਾਲਾ ਬਸ ਦੋਵਾਂ ਘੰਟਿਆਂ ਤੱਕ ਉਹਨੂੰ ਤੁਹਾਨੂੰ ਬਾਜੂ ਮਿਲਾਉਂਦੇ ਹਾਂ ਮੇਰੇ ਭਰਾ ਨੂੰ ਟਿੱਕਰ ਇੱਕ ਭਰਾ ਭਾਵੇਂ ਤੂੰ ਬੜਾ ਲੜੇ ਭਾਵੇਂ ਮੱਛੀ ਹੋਵੇ ਪਰ ਉਹੀ ਹੈਗਾ ਮੇਰਾ ਭਰਾ ਸੱਚੀ ਦੱਸਾਂ ਮੈਂ ਬਾਕੀ ਆਪਣੇ ਨਾਲ ਬਹੁਤ ਕੀਤਾ ਪਰ ਕਿਸੇ ਨੇ ਜਦੋਂ ਇੱਕ ਵਾਰੀ ਮੈਂ ਅੱਗੇ ਨੂੰ ਨਾ ਕਰਤੀ ਨਾ ਕੀ ਕਹਿੰਦਾ ਤੂੰ ਮੈਂ ਉਹਨਾਂ ਨੂੰ ਵੀ ਪਤਾ ਹੈਗਾ ਪਰ ਜਿੰਨਾ ਨੇ ਮੈਂ ਕੀਤਾ ਰਾ ਦੋਸਤੋ ਜੀ ਮੇਰਾ ਭਰਾ ਫਿਰ ਅੱਜ ਆ ਗਿਆ ਤੇ ਕੱਲ ਮੈਂ ਇੱਥੋਂ ਆਇਆ ਤੇ ਅੱਜ ਵੀ ਮੇਰਾ ਭਰਾ ਲੋਕਾਂ ਨੇ ਪਤਾ ਕੀ ਕਹਿਣਾ ਹੀ ਕਹਿਣਾ ਵਿਹਲੇ ਹੁਣ ਇਸੇ ਕੰਮਾਂ ਤੇ ਹੋ ਗਏ ਉਹ ਐਨ ਚਲ ਗਿਆ ਉਹ ਐਨ ਚਲ ਗਿਆ 5-6 ਦਿਨ ਹੋ ਗਏ ਆ ਹਫਤੇ ਤਾਂ ਹੀ ਹੋ ਗਿਆ ਕਰੀ ਇਦਾਂ ਕਰੀ ਇਦਾਂ ਤੇ ਦੋਸਤੋ ਕੀ ਹਾਲ ਚਾਲ ਵਧੀਆ ਵਧੀਆ ਪਹਿਲੋ ਪ੍ਰਸ਼ਾਦਾ ਛਕਣਾ ਤੇ ਚਾਹ ਪੀਣੀ ਆ ਤੇ ਪੀ ਲਈਏ ਪਹਿਲਾਂ ਨਹੀਂ ਦੱਸੋ ਫਿਰ ਗਲਾਸ ਹੀ ਬੜਾ ਭਰਿਆ ਅੱਧਾ ਘੰਟਾ ਲੱਗ ਜਾਣਾ ਵੀ ਮਨਦੀਪ ਭਾਜੀ ਲੱਡੂ ਬਣ ਦੋ ਚੱਲ ਕੋਈ ਨੀ ਉਹ ਵੀ ਬਣਦਾ ਗੇ ਲੈ ਪੀ ਮਿੱਤਰ ਇੱਕ ਗੱਡੀ ਹੋਰ ਹਾਂਜੀ ਗਾਇਸ ਤੇ ਆਪਾਂ ਬੇਲਪੁੜੀ ਤਿਆਰ ਕਰਤੀ ਇੱਧਰ ਵੇ ਤੇ ਦੂਹੋ ਦੂਹੋ ਵੇਲਾ ਪਾਈ ਗਾਇਸ ਇਥੋਂ ਤੱਕ ਜੀ ਇਹਨੇ ਸਾਰਾ ਖਾਲੀ ਕਰਤਾ ਜੀ ਹਾਂਜੀ ਸਤਿ ਸ੍ਰੀ ਅਕਾਲ ਲੈਟ ਆ ਗਈ ਮਹਾਂ ਸਾਡੀ ਅਤੇ ਹੁਣ ਪਨੀਰ ਦੀ ਸਬਜ਼ੀ ਬਣਾਉਣ ਲੱਗੇ ਅਤੇ ਸ਼ਾਹੀ ਪਨੀਰ ਆ ਅਤੇ ਉਹ ਮੇਰਾ ਉਸਤਾਦ ਬੈਠਾ ਬਾਬਾ ਅਤੇ ਗਾਇਸ ਹੁਣ ਆਪਾਂ ਬੇਲਪੁੜੀ ਖਾ ਲਈਏ ਉਸਤਾਦ ਮੇਰਾ ਵੀ ਖਾਣ ਲੱਗਾ ਬੇਲਪੁੜੀ ਹਾਂ ਉਸਤਾਦ ਜੀ ਹੋਰ ਤੁਸੀਂ ਸਮਾਚਾਰ ਦੱਸਦੇ
ਨਹੀਂ ਮੇਰੇ ਤੇਰੇ ਮਨਪ੍ਰੀਤ ਦੇ ਤੇਰੀ ਭਾਬੀ ਹੱਥਾਂ ਦੀ ਖਾ ਕੇ ਨਾ ਫਿਰ ਚੱਕ ਐਂਡ ਐਂਡ ਮਜ਼ੇ ਅਤੇ ਹੁਣ ਆਹ ਖੜਾ ਵੀ ਮਨਪ੍ਰੀਤ ਦੇ ਬਣਾਉਣ ਸਬਜ਼ੀ ਬਣਾਉਣ ਲੱਗੇ ਸ਼ਾਹੀ ਪਨੀਰ ਅੱਜ ਕੀ ਖਾਵਾਂਗੇ ਸ਼ਾਹੀ ਪਨੀਰ ਨਾਲੇ ਕੀ ਆ ਪ੍ਰਸ਼ਾਦੇ ਭਰਾ ਕਹਦੇ ਆ ਨਹੀਂ ਤੰਦੂਰੀ ਤੰਦੂਰੀ ਪ੍ਰਸ਼ਾਦੇ ਨਾਲੇ ਤੰਦੂਰੀ ਪ੍ਰਸ਼ਾਦੇ ਤਾਂ ਦੋ ਮਿਰਚਾਂ ਪਈਆਂ ਲੈ ਦੇ ਲੈ ਵੀ ਮੇਰੇ ਪੁੱਤ ਨੇ ਦਿਆ ਮਸਾਲੇ ਮਸਾਲੇ ਕਰਨ ਦਿਆ ਤਿਆਰ ਹਾਂਜੀ ਪੁੱਤ ਸ਼ਾਹੀ ਪਨੀਰ ਬਣਾ 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 ਇਹਨੂੰ ਹੁਣ ਇੱਦਾਂ ਹੀ ਫਿਰ ਭੁੰਨ ਦੇਣੇ ਅੱਛਾ ਅੱਛਾ ਠੀਕ 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 ਆ ਮੈਂ ਖੰਡ ਵੀ ਲਿਆਂਦੀ ਅੱਧਾ ਕਿਲੋ ਅਤੇ ਅੱਧਾ ਕਿਲੋ ਵੀ ਉਹ ਤੇਲ ਹੀ ਲਿਆਂਦਾ ਠੀਕ ਆ ਓਕੇ ਮੇਰਾ ਪੁੱਤ ਮਨਪ੍ਰੀਤ ਨੇ ਸ਼ਾਹੀ ਪਨੀਰ ਨਾਲ ਪ੍ਰਸ਼ਾਦੇ ਦੀਪ ਨੇ ਸਾਰੀ ਫੈਮਿਲੀ ਸਾਡੀ ਖਾਣ ਦੇ ਨਾਲੇ ਪਿਕਚਰ ਲਈ ਆ ਹਾਂਜੀ ਕਤਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੋ ਠੀਕ ਜੋ ਲੈ ਵੀ ਮਿੱਤਰੋ ਫਿਲਮ ਦੇ ਚੱਲੇ ਸਾਡਾ ਪੁੱਤ ਖੇਡਣ ਦਿਆ ਰਾ ਹਾਂਜੀ ਦੱਸੋ ਕੀ ਹਾਲ ਆ ਕਦੀ ਉਹਦੀ ਆਹ ਵੇਖੋ ਐਡੀ ਹਾਂਜੀ ਆ ਲਓ ਲਓ ਹਾਂਜੀ ਹਾਂਜੀ ਬਹੁਤ ਦੱਸੋ ਮੇਰਾ ਪੁੱਤ ਨੀ ਟਿਕਦਾ ਏ ਇਹਨੇ ਵੇਖੀ ਜਾਣਾ ਵੇਖ ਇਹ ਹਾਲ ਹੈ ਹਾਂਜੀ ਤੇ ਦੱਸ ਲੈ 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 ਨਖਰੇ ਨਖਰੀ ਨਖਰੇ ਵੇਖੋ ਮੇਰੇ ਪੁੱਤ ਦੇ ਹਾਂਜੀ ਆ ਦੇਖਦੇ ਪਏ ਆ ਤਰਸੇਂਜਰ ਸਰ ਦੀ ਮੂਵੀ ਇੱਧਰ ਆ ਦੇਖੋ ਦੋਨੋਂ ਜਣੇ ਕੀ ਕਰਦੇ ਅਸਾਂ ਇਹਨੂੰ ਦੱਸਿਆ ਵੀ ਤੈਨੂੰ ਚੁੱਕ ਕੇ ਲਿਆਂਦਾ ਹੁਣ ਲੱਗਦਾ ਆ ਇਹ ਮੂਵੀ ਦਾ ਨਾਮ ਪਤਾ ਨਹੀਂ ਕੀ ਆ ਅਸੀਂ ਰੋਟੀ ਖਾਣ ਲਈ ਇਹ ਤੋਂ ਪਹਿਲੇ ਲੱਗੀ ਹੋਈ ਆ ਥੋੜ੍ਹੀ ਜਿਹੀ ਰਹਿ ਗਈ ਬਸ ਹੁਣ ਹਰਗੁਣ ਗੱਡੀ ਚਲਾਉਣ ਡਈ ਆ ਥਾਰ ਲੈ ਵੀ ਮਿੱਤਰੋ ਅਸੀਂ ਪਿੱਛੇ ਜਿਹੇ ਕਹਿੰਦੇ ਮਨਦੀਪ ਡਰੂ ਨੀ ਦੇ ਵਲੋਗ ਐਡਿਟ ਕਰਿਆ ਕਰਨਾ ਤੇ ਪੱਗ ਮੇਰੀ ਬੇੜ ਤੇ ਉਹ ਤੇ ਮੇਰਾ ਮੇਰਾ ਵਾਈਫ ਹਾਂਜੀ ਜਾਨਮ ਕਿੱਦਾਂ ਕੀ ਹਾਲ ਦੋਸਤੋ ਕਿੱਥੇ ਕਿਤੇ ਵੀ ਇਹ ਤੁਹਾਨੂੰ ਟੱਕਰੇ ਸਤਿ ਸ਼੍ਰੀ ਅਕਾਲ ਬਣਾਣੀ ਜਾਣ ਨਾਲ ਮਿਲਦੇ